ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਐਕਸਾਈਟਡ ਹਾਂ ਤੇ ਮੈਂ ਵੀ ਪਹਿਲੀ ਵਾਰ ਦੇਖੂੰਗਾ ਫਿਲਮ ਸਾਰੇ ਆਡੀਅੰਸ ਸਾਹਮਣੇ ਸੋ ਮੇਰੀ ਤਾਂ ਪਹਿਲੀ ਫਿਲਮ ਆ ਬਹੁਤ ਇਮੋਸ਼ਨਲ ਵੀ ਆ ਤੇ ਉਮੀਦ ਕਰਦੇ ਤੁਹਾਨੂੰ ਬਹੁਤ ਪਸੰਦ ਆਊਗੀ ਸਾਨੂੰ ਸਪੋਰਟ ਕਰੋ मैं बहुत ही ज़्यादा एक्साइटेड हूँ मैंने जिन्नी पहली फिल्म की खुशी से की उन्नी ज़्यादा खुशी है अपनी टिकट वास्ते और मान ली भी बहुत एक्साइटेड हूँ सबके लिए बहुत सारी पूरी टीम लिए बहुत ज़्यादा एक्साइटेड हूँ बस उनकी ऑडियंस प्यार कर रही थैंक यू थैंक यू चीज बनाई है ਤੇ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਦੇਖਣ ਵਾਲਾ ਹੁੰਦਾ ਉਹ ਜੱਜ ਕਰਨ ਵਾਲਾ ਹੁੰਦਾ ਮੀਡੀਆ ਹੀ ਹੁੰਦਾ ਤੇ ਮੈਨੂੰ ਲੱਗਦਾ ਸੀ ਐਂਡ ਆਫ ਦਾ ਡੇ ਤੁਸੀਂ ਦੱਸ ਹੀ ਦੇਣਾ ਸਾਨੂੰ ਹੈ ਕਿੰਨਾ ਕਾ ਤੇ ਬਹੁਤ ਬਹੁਤ ਵਧੀਆ ਲੱਗ ਰਿਹਾ ਸੁਖ ਭਾਜੀ ਸੈਂਦਰ ਮੈਂ ਡੈਬਿਊ ਹੈਗਾ ਤੁਹਾਡਾ ਸੋ ਕੁਝ ਨਰਵਸਨੈਸ ਹੈਗੀ ਸ਼ੂਟ ਤੇ ਕਰ ਲਿਆ ਨਹੀਂ 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 ਨਰਵਸਨੈਸ ਕੋਈ ਕੁਝ ਵੀ ਹੈ ਕੋਈ ਨਰਵਸਨੈਸ ਨਹੀਂ ਹੈਗੀ ਜੀ ਬਸ ਖੁਸ਼ੀ ਹੈ ਕਿ ਅਸੀਂ ਸਾਰੇ ਤੁਹਾਡੇ ਸਾਹਮਣੇ ਨਾਲ ਖੜੇ ਹਾਂ ਇਮੋਸ਼ਨਲ ਹੈਗੇ ਆ ਥੋੜੇ ਜਿਹੇ ਪਰ ਉਦਾਂ ਅਸੀਂ ਮਿਹਨਤ ਕੀਤੀ ਹੈ ਮੈਨੂੰ ਲੱਗਦਾ ਮਿਹਨਤ ਸਾਡੀ ਵਾਹਿਗੁਰੂ ਮਹਾਰਾਜ ਪਾਰ ਕਰੂਗਾ ਜੀ ਅੱਛਾ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹ ਚੀਜ਼ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਆਪਾਂ ਦੇਖ ਰਹੇ ਕੈਰੀ ਓਨ ਜੱਟਾ 3 ਦੀ ਕਲੈਕਸ਼ਨ ਜਿਹੜੀ ਹੈ 100 ਕਰੋੜ ਤੋਂ ਵੀ ਅੱਗੇ ਲੰਘ ਗਈ ਸੋ ਹੁਣ ਅਸੀਂ ਉਮੀਦਾਂ ਕਰ ਸਕਦੇ ਹਾਂ ਕਿ ਦਰਸ਼ਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਆ ਕੇ ਪਹੁੰਚਦੇ ਨੇ ਪੰਜਾਬੀ ਫਿਲਮਾਂ ਦੇਖਣ ਬਿਲਕੁਲ ਸੋ ਇਸ ਬਾਰੇ ਕੀ ਕਹੋਗੇ ਕੀ ਉਮੀਦ ਹੈ ਬਿਲਕੁਲ ਜੀ ਬਿਲਕੁਲ ਆਪਣੇ ਪੰਜਾਬੀ ਸਾਰਿਆਂ ਲਈ ਪ੍ਰਾਊਡ ਵਾਲੀ ਗੱਲ ਆ ਕਿ ਆਪਣਾ ਸਿਨੇਮਾ ਜਿਹੜਾ ਇਹਨਾਂ ਗਰੋ ਕਰ ਰਿਹਾ ਤੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਇਹ ਇੱਕ ਮਾਧਿਅਮ ਬਣੂਗਾ ਫਿਲਮਾਂ ਸਾਡੀਆਂ ਆਪਦੀਆਂ ਗੱਲਾਂ ਰੱਖਣ ਦਾ ਉਹ ਹੌਲੀ ਹੌਲੀ ਇਨ ਫਿਊਚਰ ਵਿੱਚ ਇਹੀ ਉਮੀਦਾਂ ਕਿ ਸਾਨੂੰ ਵੀ ਸਾਨੂੰ ਸਪੋਰਟ ਮਿਲੇ ਕਿ ਅਸੀਂ ਆਪਦੇ ਜਿਹੜੇ ਮੁੱਦੇ ਆ ਅਸੀਂ ਉਹ ਫਿਲਮਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਜੀ ਸੋ ਅਰਮਾਨ ਵੀਰੇ ਕੀ ਫੀਲ ਕਰ ਰਹੇ ਹੋ ਫਿਰ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਸੋ ਨਵਾਂ ਨਵਾਂ ਜਿਹਾ ਫੀਲ ਲੱਗ ਰਿਹਾ ਹੋਣਾ ਪਹਿਲੀ ਵਾਰ ਇਦਾਂ ਦਾ ਕਰੇ ਮੇਰਾ ਕਹਿੰਦਾ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਮੈਂ ਵੀ ਇਦਾਂ ਦਾ ਕਰੇ ਫੀਲ ਹੋਇਆ ਹੀ ਨਹੀਂ ਜਿਹੜਾ ਫੀਲ ਹੋ ਰਿਹਾ ਹਨਾ ਸੋ ਬਹੁਤ ਐਕਸਾਈਟਡ ਹਾਂ ਉਮੀਦ ਹੈ ਦੇਖੋ ਮਿਹਨਤ ਜਦੋਂ ਬੰਦਾ ਮਿਹਨਤ ਕਰਦਾ ਤਾਂ ਉਮੀਦਾਂ ਹੁੰਦੀਆਂ ਹੀ ਨਹੀਂ ਆ ਔਰ ਸਾਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੈ ਕਿ ਸਾਨੂੰ ਤੁਸੀਂ ਪਿਆਰ ਦੋਗੇ ਜਿਵੇਂ ਸਾਡੇ ਕੰਮ ਨੂੰ ਪਿਆਰ ਦਿੰਦੇ ਤੁਹਾਨੂੰ ਮੈਂ ਦੱਸੋ ਦੋ ਲਾਈਨਾਂ ਮੂਵੀ ਬਾਰੇ ਮੂਵੀ ਬਾਰੇ ਮੂਵੀ ਦੋ ਲਾਈਨਾਂ ਇਹ ਮੂਵੀ ਕੰਪਲੀਟਲੀ ਫ੍ਰੈਸ਼ ਆ ਕੁਝ ਨਵਾਂ ਆ ਆਪਣੀ ਜਿਹੜੀ ਆਡੀਅੰਸ ਆ ਕਾਫੀ ਟਾਈਮ ਤੋਂ ਵੇਟ ਕਰਦੀ ਆ ਕਿ ਕੁਝ ਨਵਾਂ ਆਵੇ ਕੁਝ ਫ੍ਰੈਸ਼ ਆਵੇ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਆਈ ਸ਼ੂਰ ਕਿ ਮੈਮ ਤੁਸੀਂ ਵੀ ਦੋ ਸ਼ਬਦ मैं मेरा फर्स्ट एक्सपीरियंस दस्या ना प्रीति ने कि पहला सुख भाई ने मैनू चांस दिता मैं उत्थे गया सीगा म्यूजिक बनाउण कहिंदा तू आ जा एक तेजी दा रोड़ा करेगा मैं कहा मेरी कोशिश करूंगा तू ट्रेलर च असीं देख पा रहे हां तुहाडा बहुत वधिया किरदार लग रहा है मैं जो हां मैं वो कीता नेचुरल नेचुरल मैनू लगदा कि सर वीरे ने साडी कहिंदा बीजीएम भी कीता बैकग्राउंड म्यूजिक जेड़ा सुनोगे गोल्ड बर्गर ने कीता और पहली बार और बहुत सारे प्यार दियो सानू सपोर्ट करो ਮਾਈਕ 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 ਆ ਜਾਓ ਬਾਈਟ ਕਰੋ ਆਜੋ ਤੁਸੀਂ 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 ਆਜੋ ਤੁਸੀਂ
ਗੁੱਡ ਲੱਕ ਜੀ ਅਰਮਾਨ ਦੀ ਪਹਿਲੀ ਫਿਲਮ ਆ ਤੇ ਇਹਦੀ ਸਪੋਰਟ ਕਰਨ ਲਈ ਪਹੁੰਚੇ ਆ ਸੁੱਖ ਦੀ ਪਤਾ ਨਹੀਂ ਕਿੰਨੀ ਹੋ ਸਾਰੀ ਥੈਂਕ ਯੂ ਸਰ ਪਰ ਜੀ ਜੀ ਗੁੱਡ ਲੱਕ ਸਾਰੀ ਟੀਮ ਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਸਾਰੀ ਟੀਮ ਨੂੰ ਗੁੱਡ ਲੱਕ ਪਤਾ ਨਹੀਂ ਮੇਰੀ ਆਵਾਜ਼ ਆ ਰਹੀ ਹੈ ਕਿ ਨਹੀਂ ਪਰ ਗੁੱਡ ਲੱਕ ਸਾਰਿਆਂ ਉਹ ਗੋਲਡ ਦੀ ਵੀ ਫਿਲਮ ਆ ਨਾ ਹਾਂਜੀ ਗੋਲਡ ਦੀ ਵੀ ਪਹਿਲੀ ਫਿਲਮ ਆ ਸੋ अरमान नू बहुत बहुत मुबारक मैं जिवें पहला भी कहा एज एन वड्डा ब्रदर मैं इहदी सपोर्ट करन लई आया एंड मैनू लगता कि सारिआं नू आउणा चाहीदा एंड तुहानू सारिआं नू जिहड़े जिहड़े साडी आवाज़ नू सुन रहे ने ते मैनू देख पा रहे ने सारिआं नू फिल्म जरूर देखनी चाहीदी एंड हमेशा की तरह पंजाबी सिनेमे नू सपोर्ट करनी चाहीदी बाकी तुसीं फिल्म जरूर देखो सोफ्टवेयर की फिल्म है ये अरमान की फिल्म है ये तनू हुणा की फिल्म है ये सो सारे जाने जरूर देखो साडे गोल्ड भरा नू भी वड्डे परदे ते सारे जाने जरूर गुड लक सारे क्योंकि सुख वीरा असीं पहलां तो बहुत काम कीता होया गाने बहुत बनाए आ पहलां तो स्टार्टिंग तो चले हुए हैं इक्को ही साडा पिंड है बिल्कुल नाल नाल खेत सांझे आ ते तनु जी है तनु जी नाल असीं गाने बहुत कीते आ साडी टीम है तां ही कह रहे ना वी मैनूं ऐ लग रहा मेरी अपनी फिल्म और अरमान इन्हां नूं तां तुसीं जाणदे हो सारे इन्हां दे कमाल दे गाने ने बचन बेदल साहब ने उन्हां नूं असीं निक्के हुंदिआं तों सुणदे रहे हां तो बहुत कमाल का है टीम बड़ी कमाल की है बहुत कमाल का काम होया होगा बाकी आपको फिल्म का ट्रेलर बहुत सोहना सी ते फिल्म देख के पता लग जाएगा कि बाकी की फिल्म कितना बहुत बहुत मुबारक जी कॉन्ग्रेचुलेशन अभी पंजाबी इंडस्ट्री दो लाइन फिल्म इंडस्ट्री पंजाबी फिल्म इंडस्ट्री लई बहुत सारिया दुआवां जन दुगनी रात चौगनी तरक्की कर रही है और होर करे साडे वल्लों सारिआं वल्लों दुआवां ने पर अपने वल्लों जिन्ना भी असी एफर्ट कर सकते हैं वो असं करते रहोंगे करते आए हैं अगर होर जद करा पंजाब इंडस्ट्री 100 करोड़ के क्लब से एंटर हो गई है बहुत वड्डी गल अपनी बिल्कुल जी इसलिए मैं गिप्पी भाजी हुणा दी सारी टीम को बहुत बहुत मुबारक दिंदा और हाल ही आने वाली फिल्म है मस्ताने वो तो बहुत सारिया उम्मीदा ने तो होर बड़े बड़े वधिया प्रोजैक्ट पंजाबी इंडस्ट्री मैं ऐ लग रहा है कि जिदा हुण बॉलीवुड तो भी आने वाले दिनों के मेरा ख्याल पोस्टर असीं देखिया संजय भाजी आ रहे हैं तो होर बहुत सारे उगे कलाकार ਪੰਜਾਬੀ ਇੰਡਸਟਰੀ ਦੇ ਵਿੱਚ ਆ ਰਹੇ ਨੇ ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਿਵੇਂ ਸੰਜੀਤ ਦੱਤ ਵੀ ਆ ਰਹੇ ਕਿਤੇ ਦੀ ਮੂਵੀ ਚੋਂ ਬਣੇ ਉਹੀ ਦੱਸ ਰਹੇ ਜੀ ਵੀ ਉਹ ਆ ਰਹੇ ਨੇ ਤੇ ਹੋਰ ਬਹੁਤ ਸਾਰੇ ਆਰਟਿਸਟ ਆਉਣਗੇ ਔਰ ਪੰਜਾਬ ਦੇ ਵਿੱਚੋਂ ਬੜੇ ਸਾਰੇ ਨਵੇਂ ਕਲਾਕਾਰ ਉੱਠਣਗੇ ਤੇ ਇਹ ਤਾਂ ਹੀ ਹੋ ਸਕਦਾ ਜੇ ਪੰਜਾਬੀ ਸਿਨੇਮੇ ਦੇ ਵਿੱਚ ਜਾਨ ਹੋਏਗੀ ਪੰਜਾਬੀ ਸਿਨੇਮਾ ਗਰੋ ਕਰੇਗਾ ਤੇ ਫਿਰ ਸਾਡੇ ਸਾਰਿਆਂ ਨੂੰ ਸਪੋਰਟ ਅਰਮਾਨ ਵੀ ਫਿਊਚਰ ਕਹਿ ਸਕਦੇ ਹੋ ਪੰਜਾਬ ਵਿੱਚ ਬਿਲਕੁਲ ਜੀ ਅਰਮਾਨ ਵਰਗਾ ਸੋਹਣਾ ਸੁਨੱਖਾ ਤੇ ਸੰਜੀਦਾ ਮੁੰਡਾ ਮਿਲਣਾ ਇਹ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ ਨੇ ਅਰਮਾਨ ਲਈ ਇਹ ਤੋਂ ਬਹੁਤ ਸਾਰੀਆਂ ਉਮੀਦਾਂ ਵੀ ਨੇ ਵੀ ਆਉਣ ਵਾਲੇ ਦਿਨਾਂ 'ਚ ਹੋਰ ਮਿਹਨਤ ਕਰੇ ਤੇ ਹੋਰ ਤਰੱਕੀ ਕਰੇ